ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਅੱਜ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕੈਬਨਿਟ ਮੰਤਰੀ ਭਰਤ ਭੂਸ਼ਣ ਆਸੂ ਤੇ ਦਸਤਾਰ ਦੀ ਬੇਅਦਬੀ ਦੇ ਇਲਜ਼ਾਮ ਲਗਾਉਂਦੇ ਤੁਰੰਤ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਮਜੀਠੀਆ ਨੇ ਕੈਪਟਨ ਦੇ ਰੋਡ ਸ਼ੋਅ ਨੂੰ ਫਲਾਪ ਸ਼ੋਅ ਦੱਸਿਆ। ਇਸ ਦੌਰਾਨ ਉਨ੍ਹਾਂ ਸਾਂਸਦ ਬਿੱਟੂ ਤੇ ਵੀ ਹਾਸੋ ਹੋਣੀ ਟਿੱਪਣੀ ਕੀਤੀ ਅਤੇ ਕਿਹਾ ਕਿ ਧੱਕੇਸ਼ਾਹੀ ਨਾਲ ਕਾਂਗਰਸ ਜਿੱਤ ਹਾਸਲ ਨਹੀਂ ਕਰ ਸਕਦੀ। ਬਿਕਰਮ ਮਜੀਠੀਆ ਨੇ ਆਪਣੇ ਨਾਲ ਕਾਂਗਰਸ ਦੇ ਚੋਣ ਦਫ਼ਤਰ ਦੇ ਬਾਹਰ ਕੁੱਟਮਾਰ ਦਾ ਸ਼ਿਕਾਰ ਨੌਜਵਾਨ ਦੇ ਭਰਾ ਨੂੰ ਵੀ ਨਾਲ ਲੈ ਕੇ ਆਏ, ਜਿਸ ਨੇ ਪੂਰੀ ਗੱਲ ਦੱਸੀ। ਮਜੀਠੀਆ ਨੇ ਕਿਹਾ ਕਿ ਆਸ਼ੂ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰ ਚੁੱਕੇ ਨੇ ਅਤੇ ਹੁਣ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਗੁਰਸੇਵਕ ਨਾਲ ਹੋਈ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ। ਇਸ ਦੌਰਾਨ ਕੈਪਟਨ ਦੇ ਸ਼ੋਅ ਨੂੰ ਫਲਾਪ ਸ਼ੋਅ ਦੱਸਿਆ ਅਤੇ ਕਿਹਾ ਕਿ ਪਿੰਡਾਂ ਦੇ ਕੈਪਟਨ ਦੇ ਰੋਡ ਸ਼ੋਅ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ ਪੁਲਿਸ ਅਫਸਰ ਵੀ ਕਾਂਗਰਸ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ, ਧੱਕੇਸ਼ਾਹੀ ਨਾਲ ਜਿੱਤਣ ਦੀ ਉਮੀਦ 'ਚ ਨੇ, ਪਰ ਲੋਕ ਉਨ੍ਹਾਂ ਨੂੰ ਨਕਾਰ ਦੇਣਗੇ। ਅੱਜ ਤੁਹਾਡੇ ਕੋਲ ਇੱਕ ਬਹੁਤ ਹੀ ਸੰਵੇਦਨਸ਼ੀਲ ਇੰਪੋਰਟੈਂਟ ਦੁਖਦਾਈ ਸ਼ੁਰੂ, ਜਿਹੜਾ ਗੁਰੂ ਦਾ ਖਾਲਸਾ ਹੋਵੇ, ਖਾਲਸੇ ਸਰੂਪ ਨਾਲ ਜੋ ਬੇਅਦਬੀ ਕੇਸਾਂ ਦੀ, ਦਾੜੇ ਦੀ, ਟਕਾਰਾਂ ਦੀ, ਕੋਈ ਹੋਰ ਨਹੀਂ ਇੱਕ ਪੰਜਾਬ ਸਰਕਾਰ ਦਾ ਵਜ਼ੀਰ ਕਰੇ, ਆਪਣੇ ਹੱਥੀਂ ਕਰੇ। ਔਰ ਇੱਥੇ ਗੱਲ ਕਿਸੇ ਦਾ ਨਾਂ ਲੈ ਕੇ ਮੈਂ ਉਸ ਗੱਲ ਦੀ ਅਹਿਮੀਅਤ ਨੂੰ ਨਹੀਂ ਛੋਟਾ ਕਰਨਾ ਚਾਹੁੰਦਾ। ਇਹ ਗੱਲ ਹੈ ਗੁਰੂ ਖਾਲਸੇ ਦੇ ਸਰੂਪ ਦੀ। ਵੱਖਰੇਵੇਂ ਡਿਫਰੈਂਸਿਸ ਹਰ ਪਾਰਟੀਆਂ 'ਚ, ਹਰ ਪਰਿਵਾਰ 'ਚ ਹੁੰਦੇ, ਮਗਰ ਮੈਂ ਸਮਝਦਾ ਕਿ ਐਮਐਲਏ ਦਾ ਵਜ਼ੀਰਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ। ਉਹ ਇੱਕ ਤਰੀਕੇ ਦੇ ਨਾਲ ਰੋਲ ਮਾਡਲ ਦੀ ਤਰ੍ਹਾਂ ਵਿਚਰਦੇ। ਮਗਰ ਜੋ ਅੱਜ ਤੋਂ ਕੁਛ ਦਿਨ ਪਹਿਲਾਂ ਜੋ ਇੱਕ ਕਾਂਗਰਸ ਦੇ ਵਰਕਰ ਨਾਲ, ਗੁਰਸੇਵਕ ਸਿੰਘ ਜੀ ਨਾਲ ਤੇ ਆ ਨਾਲ ਉਹਨਾਂ ਦੇ ਸਾਥੀ ਬੈਠੇ ਆ ਜਿਨ੍ਹਾਂ ਨਾਲ ਅਸਲ 'ਚ ਸਾਰੀ ਗੱਲ ਸ਼ੁਰੂ ਹੋਈ, ਤਰਨਦੀਪ ਸਿੰਘ, ਜਿਹੜੇ ਅੱਜ ਤੋਂ ਚਾਰ ਦਿਨ ਪਹਿਲਾਂ ਤਾਂ ਇਹ ਬੰਦੇ ਮੈਂ ਤੁਹਾਨੂੰ ਵਟਸਐਪ ਹੀ ਕਰ ਦੂੰਗਾ, ਕਲਰ ਸਾਡੇ ਤੋਂ ਨਿਕਲੀ ਨਹੀਂ। ਆਹ ਗੁਰਸੇਵਕ ਦੀ ਫੋਟੋ ਹੈ, ਬਿੱਟੂ ਨੂੰ ਇੱਕ ਦੂਜੇ ਦੀ ਸਲਾਹ ਮਸ਼ਵਰਾ ਕਰਦੇ ਨਾਲ। ਹੁਣ ਉਹ ਗੁਰਸੇਵਕ ਉਸ ਦਿਨ ਦਾ ਮਾੜਾ ਹੋ ਗਿਆ, ਉਸ ਤੋਂ ਪਹਿਲਾਂ ਠੀਕ ਸੀ। ਆਹ ਦੂਜੀ ਫੋਟੋ ਹੈ ਸੰਦੀਪ ਸੰਧੂ ਦੇ ਸਵਾਗਤ ਲਈ ਜਿਹੜੀ ਆਹ ਲੱਗੀ ਆ ਜੀ, ਆਹ ਤਰਨਦੀਪ ਮੁੰਡਾ ਇੱਕ ਪਾਸੇ, ਗੁਰਸੇਵਕ, ਇਹ ਉਦੋਂ ਤੱਕ ਠੀਕ ਸੀ, ਤਦ ਤੱਕ ਬੋਰਡਾਂ 'ਤੇ ਵੀ ਠੀਕ ਸੀ। ਆਹ ਤੀਜੀ ਫੋਟੋ ਹੈ, ਖੋਲ ਕੇ ਵਿਖਾਇਓ ਜਿਹੜੀ ਉਹ ਜੱਪੀ, ਆਹ ਗਲਵੱਕੜੀ 'ਚ ਲਿਆ, ਉਹੀ ਗਲਵੱਕੜੀ 'ਚ ਲਿਆ ਗੁਰਸੇਵਕ ਸਿੰਘ ਨੂੰ, ਨਨ ਅਦਰ, ਕਿਸੇ ਹੋਰ ਨੇ ਨਹੀਂ, ਆਹ ਐਮ ਪੀ ਸਾਹਿਬ ਨੇ। ਔਰ ਠੀਕ ਹੈ, ਅੱਜ ਕਿਉਂਕਿ ਇਹਨਾਂ ਨੇ ਆਪਦੇ ਐਕਸ਼ਨ ਨੂੰ ਜਸਟੀਫਾਈ ਕਰਨਾ ਹੈ ਕਿ ਅਸੀਂ ਜੇ ਪੱਗ ਵੀ ਲਾਤੀ ਕਿਸੇ ਦੀ, ਉਹ ਵੀ ਸਹੀ ਹੈ, ਅਸੀਂ ਕਿਸੇ ਦੇ ਦਾੜੀ ਕੇਸਾਂ ਦੀ ਬੇਅਦ ਵੀ ਕੀਤੀ ਜਾਂ ਕਕਾਰਾਂ ਦੀ ਕੀਤੀ, ਉਹ ਸਾਰੀ ਗੱਲ ਨੂੰ ਜਸਟੀਫਾਈ ਕਰਨ ਨੂੰ ਅੱਜ ਉਹ ਜੋ ਮਰਜ਼ੀ ਕਹੀ ਜਾਣੇ, ਉਹਨਾਂ ਦਾ ਅੰਦਰੂਨੀ ਮਾਮਲਾ। ਮਗਰ ਮੇਰਾ ਸਿਰਫ ਤੇ ਸਿਰਫ ਅੱਜ ਮੈਂ ਤੁਹਾਡੇ ਕੋਲ ਦੋ ਕਾਰਨਾਂ ਕਰਕੇ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਜਿਹੜਾ ਸਾਹਿਬੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਿਕਾਰ ਕਰਦਾ, ਉਹ ਕਦੇ ਇਹ ਗੱਲ ਨਹੀਂ ਬਰਦਾਸ਼ਤ ਕਰੂਗਾ ਕਿ
ਉਸ ਖਾਲਸੇ ਸਰੂਪ ਨਾਲ ਇਸ ਤਰੀਕੇ ਦਾ ਵਿਵਹਾਰ ਕੋਈ ਕਰੇ। ਔਰ ਵੱਡੀ ਗੱਲ ਤੁਸੀਂ ਵੇਖੋ ਸਾਹਮਣੇ ਕੀਤੀਆਂ ਕਿ ਕਿੱਟਾਂ ਮੰਨਦੇ ਫਿਰਦੇ ਸੀ ਲੋਕਤੰਤਰ ਡੈਮੋਕਰੇਸੀ ਚ। ਕੀ ਕਾਂਗਰਸ ਦੀ ਬਕਲਾਹਟ ਇਸ ਲੈਵਲ ਤੇ ਹੋ ਗਈ ਹੈ ਕਿ ਉਹ ਵੋਟਰਾਂ ਨੂੰ ਬਰਾਈਬ ਕਰਦੇ ਫਿਰਦੇ? ਮਤਲਬ ਇਸ ਵੇਲੇ ਕੋਈ ਕਿੱਟ ਵੰਡ ਸਕਦਾ? ਔਰ ਇਹ ਦੱਸ ਕੌਣ ਰਿਹਾ? ਕਾਂਗਰਸ ਦਾ ਵਰਕਰ ਆਪ ਵਾਈਸ ਪ੍ਰਧਾਨ ਕਾਂਗਰਸ ਦਾ ਆਪ ਦੱਸ ਰਿਹਾ। ਔਰ ਵੱਡੀ ਗੱਲ ਵੰਡ ਕੌਣ ਰਿਹਾ? MLA ਪ੍ਰਗਟ ਸਿੰਘ ਤੇ ਮੇਅਰ ਤੇ ਆਸ਼ੂ ਦੀ ਪ੍ਰਵਾਨਗੀ ਹੇਠ। ਔਰ ਮੈਂ ਅੱਜ ਤੁਹਾਨੂੰ ਕਹਿ ਦਿਆਂ ਇਹ ਹਰ ਤਰੀਕੇ ਦੀ ਧਾਂਦਲੀ, ਲੋਕਤੰਤਰ ਨਹੀਂ ਡੰਡਾ ਤੰਤਰ, ਫੰਡਾਮੈਂਟਲ ਰਾਈਟ ਤੇ ਡਾਕੇ ਪੈ ਰਹੇ ਲੋਕਾਂ ਨੂੰ ਆਪਦੇ ਅਧਿਕਾਰ ਜੋ ਸੰਵਿਧਾਨ ਨੇ ਸਾਨੂੰ ਦਿੱਤਾ ਉਹ ਫਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋ ਰਹੀ। ਔਰ ਇਹ ਜਿਹੜਾ ਇੱਕ SHO ਤਾਂ ਬਦਲਤਾ ਨਾ ਜੀ, ਉਹਦਾ ਕੀ ਨਾਮ ਪੜੇ ਦਾ, ਉਹ ਵੱਡਾ ਪ੍ਰੇਮਾ ਬਿਠਾਇਆ ਉੱਥੇ SHP ਦੀ ਕੁਰਸੀ ਤੇ, ਉਹਨੂੰ ਨਹੀਂ ਦਿਸ ਰਿਹਾ। ਇਹ ਸਾਰੇ ਅਫਸਰ ਜਿਹੜੇ ਵਰਦੀ ਨੂੰ ਜਗ੍ਹਾ, ਇਹ ਅੱਜ ਇਹਨਾਂ ਨੂੰ ਫਿਰ ਕਾਂਗਰਸ ਦੇ ਬਿੱਲੇ ਹੀ ਪਵਾ ਦੇਣੇ ਚਾਹੀਦੇ। ਕੀ ਕਰਨਾ ਇਹਨਾਂ ਨੇ ਜੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲਣਾ? ਧਾਰਮਿਕ ਭਾਵਨਾਵਾਂ ਕਿਹਨੇ ਹਰਟ ਕੀਤੀਆਂ ਤੇ ਜਾਨ ਨੂੰ ਮਾਰਨ ਦੀ ਇਹਦੇ ਖਤਰਾ ਹੋਇਆ ਸਰ? ਅੱਜ ਨਗਰਸੇਵਕ ਗੋਰੇ ਨੂੰ ਬਦੋਵਾਲ ਜਿਹੜਾ ਮੁੰਡਾ ਜੇਲ੍ਹ ਚ ਭੇਜਤਾ ਸੀ ਐਤਵਾਰ ਵਾਲੇ ਦਿਨ, ਇਹਨਾਂ ਨੇ ਚੋਰੀ ਦਾ ਪਰਚਾ ਪਾ ਕੇ, ਜਿਹੜਾ ਬੰਦਾ ਚੋਰੀ ਕਰੂ ਅਸੀਂ ਉੱਥੇ ਧਰਨਾ ਦਿੱਤਾ, ਸਾਨੂੰ ਧਰਨੇ 'ਚ ਚੱਕਿਆ, ਮੈਂ ਤਾਂ ਛੁੱਟ ਕੇ ਭੱਜ ਗਿਆ ਸੀ ਉੱਥੋਂ ਪੁਲਿਸ ਦੇ ਹੱਥੋਂ। ਉਹ ਚੋਰੀਆਂ ਕਰਨ ਵਾਲੇ ਬੰਦੇ ਐਂ ਡਟ ਇਹ ਨਾ ਜੀ, ਅਸੀਂ ਅਯਾਲੀ ਜੀ ਹੋ ਗਏ, ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮੈਂਬਰ ਬੈਠੇ ਆ। ਦਿਸ ਫਾਈਟ ਇਹ ਹੱਕ ਸੱਚ ਦੀ ਲੜਾਈ ਹੈ, ਔਰ ਇਹ ਦਾਖੇ ਦੀ ਵਸਨੀਕ ਦੀ ਲੜਾਈ ਹੈ, ਔਰ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਸਤਾਰ ਦੀ ਲੜਾਈ ਹੈ, ਇਹ ਸਿੱਖ ਭਾਵਨਾ ਦੀ ਲੜਾਈ ਹੈ, ਇਹ ਗੁਰੂ ਸਾਹਿਬ ਦੀ ਕਕਾਰਾਂ ਦੀ ਜਿਹੜੀ ਬੇਅਦਬੀ ਹੋਈ ਹੈ ਉਹਦੀ ਲੜਾਈ ਹੈ, ਇਹਦੇ 'ਚ ਕਿਸੇ ਹੋਰ ਨਹੀਂ। ਇਹਨੂੰ ਤੁਸੀਂ ਪਾਰਟੀ ਜਾਂ ਕਿਸੇ ਦਾ ਨਾਂ ਲੈ ਕੇ ਛੋਟਾ ਨਾ ਕਰੋ, ਮੇਰੇ ਸਿਰ 'ਤੇ ਵੀ ਪੱਗ ਹੈ, ਬੜੀ ਦੁਖਦਾਈ ਗੱਲ ਹੈ ਜੀ, ਕਿਸੇ ਦੀ ਵੀ ਪੱਗ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਪੱਗ ਕਿਸੇ 'ਤੇ ਕੀਤੀ ਹੈ, ਉਸ ਪੱਗ ਦੀ ਬੇਅਦਬੀ ਹੋਵੇ ਜਾਂ ਉਹ ਲੱਥੇ ਉਸ ਗੱਲ ਦੀ, ਤਾਂ ਕਿਸੇ ਨੂੰ ਤਸੱਲੀ ਜਾਂ ਸੰਤੁਸ਼ਟੀ ਕੋਈ ਉਸਨੇ? ਮੈਂ ਨਾ ਜੀ ਤੁਹਾਨੂੰ ਸਾਰਿਆਂ ਨੂੰ, ਤੁਸੀਂ ਇੱਡੇ ਸਿਆਣੇ ਹੋ, ਹੁਣ ਕੋਈ ਕਹਿ ਦੂਗਾ ਉਹ ਰਾਜਾ ਬੜਿੰਗ ਨੇ ਨਹੀਂ ਬਣਾਈ, ਉਹ ਫਲਾਣੇ ਨੇ ਬਣਾਈ ਹੈ, ਇਹੀ ਤੇ ਚੀਜ਼ਾਂ ਤੁਹਾਨੂੰ ਦੱਸ ਰਿਹਾ। ਇਹ ਤਾਂ ਆਪਦੇ ਮੂੰਹੋਂ ਆ ਕੇ ਦੱਸ ਰਿਹਾ ਕੀ ਧਾਂਦਲੀ ਹੋ ਰਹੀ ਹੈ। ਮਸਲਾ ਤਾਂ ਇਹਨਾਂ ਨੇ ਦੱਸਣਾ ਨਹੀਂ ਸੀ, ਇਹ ਸਾਰਾ ਪ੍ਰੋਗਰਾਮ ਹੋ ਜਾਣਾ ਸੀ ਜੇ ਉੱਥੇ ਲੜਾਈ ਨਾ ਹੁੰਦੀ, ਤੇ ਸ਼ਾਇਦ ਨਾ ਤੁਹਾਨੂੰ ਪਤਾ ਲੱਗਦਾ ਨਾ ਸਾਨੂੰ ਪਤਾ ਲੱਗਦਾ ਕਿ ਕਿੱਦਾਂ ਬਣਦਾ। ਇੱਕ ਮਿੰਟ ਦਿਓ ਜੀ, ਅਸੀਂ ਤੁਹਾਡੇ ਕੋਲੇ ਇੱਕ ਕਾਂਗਰਸੀ ਵਰਕਰ ਦੀ, ਹਾਂ ਠੀਕ ਹੈ ਜੀ, ਉਹਦੀ ਮਦਦ ਲਈ ਤੇ ਕਿਹਦੇ ਤੋਂ? ਕਾਂਗਰਸ ਦੇ ਮੰਤਰੀ ਤੋਂ, ਠੀਕ ਹੈ ਜੀ, ਉਹਦੀ ਮਦਦ ਕਰਾਉਣ ਲਈ ਆਏ ਹਾਂ। ਅਜੇ ਅਕਾਲੀ ਦਲ ਦੇ ਬਾਅਦ ਦੀ ਗੱਲ ਛੱਡ ਦਿਓ, ਸੀ ਇੱਕ ਕਾਂਗਰਸ ਦਾ ਇੱਕ ਵਰਕਰ ਤੇ ਉਹ ਸੇਫ ਨਹੀਂ ਹੈਗਾ, ਜਾਂ ਉਹਦੀ ਦਸਤਾਰ ਲਈ ਜਾ ਸਕਦੀ ਆ, ਉਹਦੇ ਕੇਸ ਉਹਦੇ ਪੱਟੇ ਜਾ ਸਕਦੇ ਆ, ਉਹਦੇ ਕਕਾਰਾਂ ਦੀ ਬੇਦਬੀ ਕੀਤੀ ਜਾ ਸਕਦੀ ਆ, ਤੇ ਇੱਥੇ ਆਮ ਲੋਕ ਨੇ ਜਿਹੜੇ ਜਾਂ ਦੂਜੀਆਂ ਪਾਰਟੀਆਂ ਦੇ ਵਰਕਰਾਂ ਦਾ ਇਹਨਾਂ ਲਈ ਦੇਖ ਲਓ ਕੀ ਸੋਚ ਹੋਊਗੀ, ਆਪਦੇ ਵਰਕਰ ਪ੍ਰਤੀ ਸੋਚ ਆ, ਸਿੱਖੀ ਪ੍ਰਤੀ। ਮੇਰਾ ਇੱਕ ਕੈਪਟਨ ਸੰਧੂ ਨੂੰ ਸਵਾਲ ਹੈ, ਪੈਰਾਸ਼ੂਟ ਕੈਂਡੀਡੇਟ, ਬਾਹਰੀ ਕੈਂਡੀਡੇਟ, ਆਪਦਾ ਘਰ ਤੋਂ ਭੱਜਿਆ ਹੋਇਆ ਕੈਂਡੀਡੇਟ, ਅੱਜ ਮੈਂ ਉਹਨੂੰ ਪੁੱਛਦਾ ਕਿ ਉਹਨੂੰ ਆਸ਼ੂ ਪਿਆਰਾ ਕਿ ਉਹਨੂੰ ਗੁਰੂ ਦਾ ਸਿੱਖ ਪਿਆਰਾ, ਉਹਨੂੰ ਆਸ਼ੂ ਪਿਆਰਾ ਕਿ ਇੱਕ ਵਰਕਰ ਪਿਆਰਾ, ਇਸ ਗੱਲ ਦਾ ਜਵਾਬ ਉਹਨੂੰ ਵੀ ਦੇਣਾ ਪੈਣਾ, ਕਿਉਂਕਿ ਉਹ ਬਚਾ ਰਿਹਾ ਇਹਨਾਂ ਨੂੰ, ਜਿਹੜੇ ਲੋਕ ਬੇਅਦਬੀ ਕਰ ਰਹੇ ਆ ਕੇਸਾਂ ਦੀ, ਜਿਹੜੇ ਲੋਕ ਕਕਾਰਾਂ ਦੀ ਬੇਅਦਬੀ ਕਰ ਰਹੇ, ਉਹਨਾਂ ਵਜ਼ੀਰਾਂ ਦੀ ਸ਼ਹਿ ਤੇ ਸੰਦੀਪ ਸੰਧੂ ਦੂਜੀ ਵਾਰੀ ਆ ਖਲੋਤਾ,
ਪਹਿਲਾਂ ਵੀ ਜਦੋਂ DSP ਸੇਖੋਂ ਦਾ ਮਾਮਲਾ ਆਇਆ ਸੀ ਇਹੀ ਉਹ ਮੰਤਰੀ ਸੀ ਜਿਹਨੇ ਕਿਹਾ ਸੀ ਹਾਈ ਕੋਰਟ ਨੂੰ 10 ਦੀ ਮੰਤਰੀ ਨਹੀਂ ਹੋਣ ਦਿੰਦਾ। ਸੋ ਇਹ ਹੈਬਿਚੁਅਲ ਅਫੈਂਡਰ ਹੈ, ਕੋਈ ਨਵਾਂ ਅਫੈਂਡਰ ਨਹੀਂ ਹੈ। ਇਹਨੇ ਕਈ ਥਾਵਾਂ ਤੋਂ ਬਜ਼ੁਰਗ ਨੂੰ ਵੀ ਨਾਲ ਉਹਦੇ ਗੁਰਸੇਵਕ ਦੇ ਲੱਦ ਕੇ ਲੈ ਕੇ ਜਾ ਰਹੀ ਹੈ ਪੁਲਿਸ। ਰਾਤ ਨੂੰ 1:30 ਵਜੇ ਛੱਡਿਆ ਇਹਦੀ 74 ਸਾਲ ਦੀ ਉਮਰ ਆ, 74 ਸਾਲ ਦੀ ਬਜ਼ੁਰਗ ਦੀ। ਮੇਰੇ ਤਾਏ ਜੀ ਲੱਗਦੇ ਆ, ਗੋਰਾ ਮੇਰਾ ਕਜ਼ਨ ਬ੍ਰਦਰ ਆ ਪਿੰਡ ਚੋਂ ਮੰਤਰੀ। ਤੁਸੀਂ ਕਹੋਗੇ ਜੀ ਕਿ ਇਹ ਮੰਤਰੀਆਂ ਦੀ ਗੱਲਾਂ ਨੇ, ਇਨਸਾਨੀਅਤ ਦੀਆਂ ਗੱਲਾਂ ਨੀ, ਹਵਾਨੀਅਤ ਦੀ ਗੱਲਾਂ ਨੇ। ਔਰ ਇਹ ਹੈਬਿਚੁਅਲ ਅਫੈਂਡਰ ਕਾਂਗਰਸ ਕੈਂਡੀਡੇਟ ਦੀ ਗੱਡੀ ਚ ਹੁੰਦਾ ਹੈ, ਇਹ ਸਪਸ਼ਟ ਹੈ ਕਿ ਇਹਨਾਂ ਦਾ ਕੀ ਸੋਚ ਹੈ ਲੋਕਾਂ ਪ੍ਰਤੀ। ਆਮ ਸਧਾਰਨ ਬੰਦੇ ਨੂੰ ਕਿੱਥੋਂ ਇਨਸਾਫ ਮਿਲਦਾ ਜੀ? ਪਹਿਲਾਂ ਫੈਸਲਾ ਕਰੋ ਅਕਾਲ ਤਖ਼ਤ। ਹਾਲੇ ਤਾਂ ਜੀ ਤੁਹਾਡੇ ਕੋਲ ਆਇਆ, ਇਹ ਤੋਂ ਬਾਅਦ ਅੱਗੇ ਅੱਗੇ ਸੁਭਾਵਿਕ ਹੈ ਕਿ ਜਿੱਥੇ ਵੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਣਗੀਆਂ ਉਹ ਮਾਮਲਾ ਅਕਾਲ ਤਖ਼ਤ ਸਾਹਿਬ ਤੇ ਜਾਊਗਾ ਜੀ। ਇਹ ਤਾਂ ਇਹਨਾਂ ਦੀ ਮਰਜ਼ੀ ਹੈ, ਮਗਰ ਹਾਂ ਅਸੀਂ ਇਹਨਾਂ ਨਾਲ ਇਨਸਾਫ਼ ਲਈ ਲੜਾਈ ਲੜਨ ਲਈ ਤਿਆਰ ਹੈ। ਔਰ ਅਕਾਲ ਤਖ਼ਤ ਸਾਹਿਬ ਸ਼ਾਇਦ ਆਪ ਹੀ ਇਸ ਮੁੱਦੇ ਤੇ ਆਪ ਹੀ ਇਹ ਤੇ ਗੰਭੀਰ ਨੋਟਿਸ ਲੈ ਸਕਦੀ ਹੈ, ਨਾ ਜਾਵਾਂਗੇ ਵੀ ਜੇ ਲੋੜ ਪਈ ਜਿਵੇਂ ਕਹਿੰਦੇ। ਹਾਂਜੀ ਚਲੋ ਐਂ ਕਰੋ, ਤੁਸੀਂ ਆਪਦੇ ਦਿਲ ਤੇ ਹੱਥ ਰੱਖ ਕੇ ਦੱਸ ਦਿਓ ਫਲੋਪ ਸ਼ੋ। ਉੱਥੇ ਮੈਨੂੰ ਲੱਗਦਾ ਫੁੱਲ ਵੀ ਪੁਲਿਸ ਵਾਲਿਆਂ ਤੋਂ ਛਟਾ ਰਹੇ ਸੀ, ਮੈਂ ਦੇਖਿਆ 2-3 ਪੁਲਿਸ ਵਾਲੇ ਉਹ ਫੁੱਲ ਵੀ ਉਹੀ ਛਿੱਟੀ ਜਾਂਦੇ ਸੀ। ਔਰ ਉਹ ਬਿੱਟੂ ਜੀ ਦੀ ਨੀ ਮੈਨੂੰ ਥੋੜੀ ਹਰਕਤ ਸਮਝ ਆਈ, ਮਤਲਬ ਉਹਨਾਂ ਨੇ ਜਿਹੜੀ ਛਾਲ ਛੂਲ ਮਾਰੀ ਜਿਹੜੀ ਉਹ ਪਤਾ ਨੀ ਕੀ ਕੁਰਸੀ ਤੇ CM ਸਾਹਿਬ ਦੀ ਕੁਰਸੀ ਤੇ ਬੈਠਣੀ ਨੀ ਪੱਗ ਦਾ। ਦੇਖੋ ਦੈਟ ਇਜ਼ ਅ ਵੈਰੀ ਸੈਡ ਇੰਸੀਡੈਂਟ, ਉਹਨੂੰ ਨੀ ਮੈਂ ਕਹਿੰਦਾ ਜੀ, ਮਗਰ ਉਹਨੂੰ ਅੱਗੇ ਆ ਤਾਂ ਕੀ ਫਾਇਦਾ ਸੀ, ਬਚਾਉਣ ਦਾ ਫਾਇਦਾ ਸੀ ਪੱਗ ਬਚਾਉਂਦੇ, ਮਗਰ ਉਹ ਆਪਦਾ ਹੀ ਕਿ ਮੈਂ ਕਿਤੇ ਦਾਲ ਆ ਜਾ ਸਾਰੇ ਮਸਲੇ ਤੇ, ਮਤਲਬ ਮੈਂ ਤਾਂ ਮੈਨੂੰ ਨੀ ਉਹਨਾਂ ਦੀ ਗੱਲ ਸਮਝ ਲੱਗੀ, ਮਤਲਬ ਉਹ ਤਾਂ ਆਪ ਦੱਸ ਸਕਦੇ ਆ ਬਟ ਆਈ ਡੋਂਟ ਜਸਟੀਫਾਈ ਇਹ ਸਾਰੀ ਗੱਲਾਂ। ਮਗਰ ਚਲੋ ਕਈ ਵਾਰੀ ਬੰਦੇ ਦੀ ਅੰਦਰਲੀਆਂ ਭਾਵਨਾਵਾਂ ਜਾਗ ਉੱਠਦੀਆਂ ਦਾ ਕੀ ਪਤਾ ਲੱਗਦਾ। ਜੋ ਵੀ ਪਾਰਟੀ ਦੇ ਵਰਕਰ ਨਾਲ ਹੋਣਗੇ ਤੇ ਜੋ ਸਾਡੇ ਪਿੰਡ ਦਾ ਸਾਰਾ ਸਿਸਟਮ, ਅਸੀਂ ਟੈਂਟ ਲਾ ਕੇ ਕਾਂਗਰਸ ਪਾਰਟੀ ਦੇ ਪਿੰਡ ਦਫ਼ਤਰ ਬਣਾਇਆ ਹੋਇਆ, ਉਹਦੇ ਵਿੱਚ ਅਸੀਂ ਖਾਣੇ ਦਾ ਅਰੇਂਜ ਕੀਤਾ ਹੋਇਆ ਸੀ ਤੇ ਜੋ ਸਮਾਗਮ ਹੋਣਾ ਸੀ ਉਹਦਾ ਅਰੇਂਜ ਕੀਤਾ ਹੋਇਆ ਸੀਗਾ। ਸਾਨੂੰ ਕੁਛ ਟਾਈਮ ਹੀ ਪਹਿਲਾਂ ਪਤਾ ਲੱਗਿਆ ਵੀ ਆਸ਼ੂ ਜੀ ਨੇ ਇਹ ਫੰਕਸ਼ਨ ਡਿਲੇਅ ਕਰਤਾ ਵੀ ਬੱਦੋਵਾਲ ਇਹਨਾਂ ਦੇ ਫੰਕਸ਼ਨ 'ਚ ਤੁਸੀਂ ਜਾਣਾ ਨਹੀਂ। ਇੰਨਾ ਪਤਾ ਹੋਣ ਦੇ ਬਾਵਜੂਦ ਇੱਕ ਅੱਧੇ ਮਿੰਟ ਦੇ ਵਿੱਚ ਲੁਧਿਆਣਾ ਦੇ ਮੇਅਰ ਉਹਨਾਂ ਦੀ ਗੱਡੀ ਆ ਕੇ ਰੁਕੀ, ਕਹਿੰਦੇ ਤਰਨਦੀਪ ਬੇਟਾ ਮੇਰੀ ਗੱਲ ਸੁਣ, ਮੈਂ ਬਲਕਾਰ ਸਿੰਘ ਜੀ, ਉਹਨਾਂ ਨੇ ਮੈਨੂੰ ਆਪਣੀ ਗੱਡੀ 'ਚ ਬਿਠਾ ਲਿਆ। ਚਲੋ ਸਾਡੇ ਸਤਿਕਾਰਯੋਗ ਨੇ, ਅਸੀਂ ਪਾਰਟੀ 'ਚ ਜਾਨ ਦਿਲ ਜਾਨ ਨਾਲ ਕੰਮ ਕਰਦੇ ਹਾਂ, ਅਸੀਂ ਉਹਨਾਂ ਦੇ ਕਹਿਣ 'ਤੇ ਗੱਡੀ 'ਚ ਬੈਠ ਗਏ। ਨਾਲ ਮੇਰੇ ਅੰਕਲ ਸੀ ਪਿੰਡੋਂ ਸਤਿਕਾਰਯੋਗ ਨਿਰਮਲ ਸਿੰਘ ਜੀ, ਉਹ ਵੀ ਪੁਰਾਣੇ ਘੱਟੋ ਘੱਟ 35 ਸਾਲ ਤੋਂ ਕਾਂਗਰਸ ਪਾਰਟੀ 'ਚ ਕੰਮ ਕਰ ਰਹੇ ਨੇ। ਸਾਨੂੰ ਦੋਨਾਂ ਨੂੰ ਕਾਰ 'ਚ ਬਿਠਾ ਕੇ ਉਹਨਾਂ ਨੇ ਕਾਰ ਤੋਰ ਲਈ। ਅਸੀਂ ਕਿਹਾ ਵੀ ਅੰਕਲ ਆਪਾਂ ਕਿੱਥੇ ਜਾ ਰਹੇ ਹਾਂ, ਸਾਡਾ ਫੰਕਸ਼ਨ ਆ, 2-4 ਮਿੰਟ ਦੇ ਵਿੱਚ ਸਾਡੇ ਪ੍ਰੋਗਰਾਮ ਪਾਰਟੀ ਦੇ ਵਰਕਰ ਆ ਰਹੇ ਨੇ ਇਹਨੂੰ ਸੰਬੋਧਨ ਕਰਨ, ਲੀਡਰ ਸਾਹਿਬਾਨ ਆ ਰਹੇ ਆ, ਮੇਰੇ ਸਿਸਟਮ ਸਾਰਾ ਮੇਰਾ ਤਿਆਰ ਕੀਤਾ ਵੀ ਮੈਂ ਜਾ ਨਹੀਂ ਸਕਦਾ। ਉਹ ਕਹਿੰਦੇ 5 ਮਿੰਟ ਮੈਨੂੰ ਦੇ ਦੇ, ਕਹਿ ਕੇ ਮੈਨੂੰ ਆਪਣੇ
ਮੋਹੀ ਸਾਹਿਬ ਦੇ ਦਫ਼ਤਰ ਗੱਡੀ ਭਜਾ ਕੇ ਲੈ ਆਏ ਅਤੇ ਮੈਂ ਹੁਣ ਚੱਲਦੀ ਇੰਨੀ ਤੇਜ਼ ਗੱਡੀ 'ਚੋਂ ਛਾਲ ਮਾਰਦਾ ਮੇਰੀ ਜਾਨ ਵੀ ਜਾ ਸਕਦੀ ਸੀਗੀ ਕਰਕੇ ਇੱਥੇ ਆ ਕੇ ਜਦੋਂ ਅਸੀਂ ਇੱਥੇ ਰੁਕੇ ਆ ਕੇ ਅਤੇ ਅਸੀਂ ਬੇਨਤੀ ਕੀਤੀ ਵੀ ਮੰਤਰੀ ਸਾਹਿਬ ਨੂੰ ਵੀ ਸਾਡੀ ਬੇਨਤੀ ਹੈ ਜੀ ਤੁਸੀਂ ਸਾਡਾ ਫੰਕਸ਼ਨ ਸਾਡੀ ਪਿੰਡ 'ਚ ਕੀ ਇੱਜ਼ਤ ਰਹੂਗੀ ਜੇ ਅਸੀਂ ਪਾਰਟੀ ਦੇ ਕਾਹਦੇ ਵਰਕਰ ਹਾਂ ਸਾਡੇ ਕੋਈ ਲੀਡਰ ਹੀ ਨਹੀਂ ਆ ਕੇ ਜਾਂ ਸਾਡੇ 'ਚ ਕੋਈ ਕਮੀ ਆ 8-10 ਸਾਲ ਹੋ ਗਏ ਪਾਰਟੀ ਲਈ ਅਕਾਲੀ ਦਲ ਨਾਲ ਲੜਦਿਆਂ ਨੂੰ ਵੀ ਉਦੋਂ ਤਾਂ ਅਸੀਂ ਬਹੁਤ ਚੰਗੇ ਸੀਗੇ ਅੱਜ ਸਾਡੇ 'ਚ ਕੀ ਕਮੀ ਹੋ ਗਈ ਅਸੀਂ ਫੰਕਸ਼ਨ ਨਹੀਂ ਕਰ ਸਕਦੇ ਅਤੇ ਉਹ ਕਹਿੰਦੇ ਬਸ ਤੁਹਾਡੇ ਇਹ ਫੰਕਸ਼ਨ ਨਹੀਂ ਕਰਨਾ ਹੈਗਾ ਅਤੇ ਸਾਡੇ ਪਿੰਡ ਦੇ ਉੱਥੇ ਸਾਬਕਾ ਸਰਪੰਚ ਅਤੇ ਉੱਥੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੈਠੇ ਸੀ ਉਹਨਾਂ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਕੁਛ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਦਤਮੀਜ਼ੀ ਨਾਲ ਗੱਲ ਨਾ ਕਰੋ ਉਹਨਾਂ ਨੇ ਸਾਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਮੈਨੂੰ ਗੁਰਸੇਵਕ ਨੂੰ ਉੱਥੋਂ ਅਸੀਂ ਭੱਜ ਕੇ ਆਪਦੀ ਜਾਨ ਬਚਾਈ ਸੜਕ 'ਤੇ ਆ ਗਏ ਉੱਥੇ ਆ ਕੇ ਸਾਨੂੰ ਸਿੱਟ ਲਿਆ ਸਾਡੀਆਂ ਪੱਗਾਂ ਉਤਾਰੀਆਂ ਕੇਸਾਂ ਦੀ ਬੇਅਦਬੀ ਕੀਤੀ ਅਤੇ ਮੰਤਰੀ ਸਾਹਿਬ ਨੇ ਗੁਰਸੇਵਕ ਦੇ ਉੱਤੇ ਬੈਠ ਕੇ ਕਹਿੰਦੇ ਮੈਨੂੰ ਛੱਡ ਦਿਓ ਅੱਜ ਬਲਾ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।